ਅਸਲਾਮ ਅਲੈਕਮ। ਤੂੰ ਮਹੀਨਾ ਵੀ ਅੱਗੇ ਰੋਜ਼ਿਆਂ ਦਾ ਤੇ ਦਾਦੇ ਨੇ ਰੋਜ਼ਾ ਰੱਖ ਲਿਆ, ਅਜੇ ਤੀਜਾ ਰੋਜ਼ਾ ਸੀ। ਰੋਜ਼ੇ ਰੱਖ ਲਿਓ ਤੇ ਸਵੇਰੇ ਲੱਸੀ ਪੀ ਪੂਰੇ ਚੰਗੀ ਰੱਜ ਕੇ ਤੇ 10 ਵਜੇ 9 ਵਜੇ ਤੱਕ ਕੀਤਾ ਉਹ ਲੱਸੀ ਦਾ ਅਸਰ ਰਿਹਾ ਤੇ ਅੰਦਰੋਂ ਨਿਕਲੇ ਤੇ ਡੰਡੂਰ ਫਿਰਨ ਤੇ ਭੱਜੇ ਦੇ ਲੱਸੇ। ਆਪਣੇ ਉਹਨੇ ਦਿਲ ਨਾਲ ਹਿਸਾਬ ਲਾਇਆ ਵੀ ਇਹਨੇ ਇੱਥੇ ਨਹੀਂ ਟਿਕਣ ਦੇਣਾ, ਅੱਲਾ ਦੇ ਘਰ ਹੀ ਜਾਂਦੇ, ਉੱਥੇ ਮਤਲਬ ਕੋਈ ਸਕੂਨ ਹੋ। ਲੋ ਜੀ ਉਹ ਮਸੀਤੇ ਟੁਰ ਗਿਆ, ਉਹ ਫਿਰ ਉਂਝੇ ਡੰਡੂਰ ਫਿਰਨ, ਆਖੇ ਨਹੀਂ ਕੰਮ ਬਣਨਾ, ਝਾੜੂ ਫੇਰਨ ਲੱਗ ਪਿਆ, ਫੂਡ ਝਾੜੇ, ਆਖੇ ਕੋਈ ਨਾ ਕੋਈ ਇਹਨੂੰ ਫਰਕ ਪਵੇ, ਪਰ ਉਹ ਅੰਦਰ ਦੀ ਅੱਗ ਕਿੱਥੇ ਮੁੱਕੇ। ਆਹੋ ਜਿਹੜੀ ਵੀ ਟੁਰ ਗਈ ਉੱਥੋਂ ਤੇ ਬੜੇ ਖੁਸ਼ ਹੋਏ ਜਿਹੜੇ ਮਾਮ ਸਨ ਮਸਜਿਦ ਦੇ, ਆਖਣ ਲੱਗੇ ਵਾਹ ਬਾਈ ਵਾਹ, ਵੇਖੋ ਕੋਈ ਦਾਦਾ ਸਫਾਈ ਤੇ ਫਿਰ ਰੋਜ਼ਾ ਵੀ ਰੱਖਿਆ ਤੇ ਮਸਜਿਦ ਉਹਨੇ ਜੀ ਚੰਡ ਛੜੀ ਝਾੜੂ ਮਾਰ ਮਾਰ। ਆਖਾਂਗਾ ਬੜਾ ਦਿਲ ਖੁਸ਼ ਹੋਇਆ ਹਜ਼ਰ ਆਂਹਦੇ ਨੇ ਵਾਹ ਵਾਹ ਜੀ ਵਾਹ, ਦੋਹਰੀਆਂ ਨੇਕੀਆਂ ਤਰੇਰੀਆਂ ਕਮਾਈਆਂ, ਆਂਹਦਾ ਜੀ ਰੋਜ਼ਾ ਵੀ ਰੱਖਿਆ, ਵਾਹ ਬਾਈ ਮੰਗ ਜਾਰਾ, ਦਿਲ ਖੁਸ਼ ਹੋਇਆ ਆਪ ਜੀ ਦਾ, ਮੰਗ ਜੋ ਮੰਗਣਾ ਆਂਹਦਾ ਜੀ ਇਹ ਬੜਾ ਜੇ ਸ਼ਾਮ ਕਰ ਗਿਆ, ਐ ਨਹੀਂ ਮੰਗ ਲਿਆ ਜੋ ਮੰਗਣਾ, ਆਂਹਦਾ ਫਿਰ ਦੇਣਾ ਹੀ ਆਇਆ, ਆਂਹਦਾ ਸਵੇਰੇ ਈਦ ਕਰਾ। ਓਹ ਆਂਹਦਾ ਯਾਰ ਅਜੇ ਤਾਂ ਬੜਾ ਲੰਮਾ ਕੰਮ, ਅਜੇ ਤੀਜਾ ਤੇ ਵੱਡਾ ਈਦ ਕਰਾ, ਆਂਹਦਾ ਨਹੀਂ ਤੂੰ ਆਪ ਹੀ ਆਉਂਦਾ ਮੰਗ ਜੋ ਮੰਗਣਾ, ਇਹਦੇ ਕੋਲ ਮੌਕਾ ਹੋਏ ਨਾ ਕਦੇ ਤੇ ਸਵੇਰੇ ਅੱਲਾਹ ਅਕਬਰ ਹੋਵੇ, ਮੈਂ ਤੇ ਖੁਸ਼ ਤਾਂ। ਇੱਕ ਹੋਰ ਦਾਦੇ ਦੀ ਜੀ ਗੱਲ ਸੁਣ, ਉਹਨੇ ਰੋਜ਼ਾ ਰੱਖ ਲਿਆ ਤੇ ਅੱਜ ਦਿਨ ਹਨ ਵਿਸਾਖ ਦੇ ਤੇ ਲੰਮਾ ਪੈ ਰਿਹਾ ਅੰਦਰ ਤੇ ਲੱਸੀ ਤੋਂ ਉਦੋਂ ਬੱਠਲ ਵੀ ਚਾਟੀਆਂ ਦੇ ਹਨ ਹੁਣ ਕੋਈ ਨਹੀਂ ਲੱਭਦੇ। ਲੋ ਜੀ ਉਹ ਜਰਾ ਕੁ ਹੋਏ ਤੇ ਲੰਮਾ ਪਵੇ ਮੱਝੀ ਦੇ ਤੇ ਡੰਡੂਰ ਪੈਣ ਤੇ ਉੱਠੇ, ਆ ਅੰਦਰੋਂ ਡੰਡੂਰ ਪੈਣ ਤੇ ਉਹ ਐਂਜਣਾ ਝਾਤੀ ਮਾਰੇ ਬੂਹੇ 'ਚ ਤੇ ਆਖੇ ਬਈ ਉਹ ਮੈਂ ਆਗਾ ਤੁਰਿਆ ਦਿਨ, ਪਰ ਉਹ ਦਿਨ ਤੇ 10-11 ਉਹਨੇ ਬੜੇ ਟਾਈਮ ਨਾਲ ਜਾਣਾ ਸੀ। ਆ ਉਹ ਜਰਾ ਕੁ 5 ਮਿੰਟ ਲੰਮਾ ਪਵੇ ਫਿਰ ਉੱਠੇ, ਫਿਰ ਉਹ ਮੁਹਾਥਾਂ 'ਚ ਵੇਖੇ ਤੇ ਸਾਹਮਣਾ ਪਵੇ ਉੱਕਾ ਆਗਾ ਪਿਛਾਣਾ ਹੋਇਆ। ਉਹਨੇ ਕਿਹਾ ਬਈ ਇਹ ਕੰਮ ਨਹੀਂ ਇਹਨੇ ਨਹੀਂ ਇਹ ਟਿੜ ਗਿਆ। ਉਹਨੇ ਜੀ ਉਹ ਬੱਠਲ ਹੈ ਜਿਹੜੇ ਸਰਗੀ ਦੀ ਲੱਸੀ ਬਚੀ ਉਹ ਬੱਠਲ ਉੱਤੋਂ ਲਾਇਆ ਤੇ ਸ਼ੱਕਰ ਵੀ ਮੁੱਠ ਸੱਟੀ ਤੇ ਅੱਧਾ ਬੱਠਲ ਪੀ ਕਹਿੰਦੇ 2 ਸਾਲ ਆ ਕੇ ਤੇ ਫਿਰ ਇੰਝ ਝਾਤੀ ਮਾਰੀ ਨਾ ਬੂਹੇ ਵੱਲ ਤੇ ਦਿਨ ਤੇ ਉੱਥੇ ਹੀ ਆਉਂਦਾ ਹੁਣ ਆਪਣੇ ਪਿਓ ਦਾ ਤੇ ਖੜਾ ਰਵੀ ਤੇ ਦਿਨ ਜਗ੍ਹਾ ਲੱਗ ਪਿਆ ਹੇਠਾਂ ਜਾਣ ਉਹ ਰੱਜਿਆ, ਆਖਾਂਗਾ ਹੁਣ ਜਣਿਆ ਵਾਲੀ ਨਹੀਂ ਕੀਤੀ ਹੁੰਦਾ ਨਾ ਫਿਰ ਤਾਂ ਠੱਠ ਸੀ। ਹਾਂ ਹੁਣ ਹਜੇ ਆਪਣੇ ਪਿਓ ਦਾ ਤੇ ਖੜਾ ਰਹੀ, ਪਰ ਦਿਨ 'ਚ ਆਪਣੇ ਟਾਈਮ ਨਾਲ ਜਾਂਦਾ ਉਹ ਉਧਰੋਂ ਰੱਜ ਗਿਆ ਆਉਂਦਾ ਫਿਰ ਹੁਣ ਜਣਿਆ ਵਾਲੀ ਨਹੀਂ ਕੀਤੀ।